ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ, ਕਾਫੀ ਲੰਬੇ ਸਮੇਂ ਤੋਂ ਮਨਪ੍ਰੀਤ ਬਾਦਲ ਤੇ ਸੀਐਮ ਭਗਵੰਤ ਮਾਨ ਦੇ ਵਿੱਚ ਬਿਆਨਬਾਜ਼ੀ ਚੱਲਦੀ, ਆਏ ਦਿਨ ਇੱਕ ਦੂਜੇ ਤੇ ਕੋਈ ਨਾ ਕੋਈ ਬਿਆਨ ਦਿੰਦੇ ਰਹਿੰਦੇ ਨੇ। ਅੱਜ ਵਿਧਾਨ ਸਭਾ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਮਨਪ੍ਰੀਤ ਬਾਦਲ ਤੇ ਨਿਸ਼ਾਨਾ ਸਾਧਿਆ, ਪੁਰਾਣੇ ਸਟਾਈਲ ਦੇ ਵਿੱਚ ਮਨਪ੍ਰੀਤ ਬਾਦਲ ਤੇ ਨਿਸ਼ਾਨਾ ਸਾਧਿਆ ਸੀਐਮ ਭਗਵੰਤ ਮਾਨ ਨੇ। ਕੀ ਕੁਛ ਕਿਹਾ ਆਓ ਤੁਹਾਨੂੰ ਦਿਖਾਉਂਦੇ ਹਾਂ। ਸੋ ਜਿੰਨਾ ਵੀ ਇੰਨਾ ਵੀ ਰੈਵਨਿਊ ਸਾਡੇ ਕੋਲ ਘੱਟ ਨਹੀਂ ਹੈਗਾ ਕਿ ਅਸੀਂ ਕੁਛ ਨਾ ਕਰੀਏ ਜਾਂ ਖਜ਼ਾਨਾ ਖਾਲੀ ਕਰਦੇ ਰਹੀਏ, ਅਸੀਂ ਉਹ ਨਹੀਂ ਹੈਗੇ। ਜਿਹਦੀ ਨੀਅਤ ਭਰੀ ਹੋਵੇ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ, ਨੀਅਤਾਂ ਖਾਲੀ ਹੁੰਦੀਆਂ। ਸੋ ਤਾਂ ਵੇਖਿਆ ਤੁਸੀਂ ਕਿੱਦਾਂ ਸੀਐਮ ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਅਸੀਂ ਉਹ ਨਹੀਂ ਗਏ ਜਿਹੜੇ ਖਜ਼ਾਨਾ ਖਾਲੀ ਕਹੀ ਚੱਲੀਏ, ਅਸੀਂ ਕੰਮ ਕਰ ਰਹੇ ਹਾਂ ਅਤੇ ਸਭ ਕੁਛ ਠੀਕ ਹੈ, ਇਹ ਸੀਐਮ ਭਗਵੰਤ ਮਾਨ ਨੇ ਦਾਅਵਾ ਕੀਤਾ। TV24 ਦੇ ਲਈ ਚੰਡੀਗੜ੍ਹ ਤੋਂ ਬਿਊਰੋ ਰਿਪੋਰਟ।